ਫਤਿਹਗੜ੍ਹ ਚੂੜੀਆਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ। ਰਾਵਾਂ ਦਾ ਸਾੜਿਆ ਪੁਤਲਾ ਬਲਬੀਰ ਸਿੰਘ ਪੰਨੂ ਅਤੇ DSP ਵਿਪਨ ਕੁਮਾਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ। ਵੱਡੀ ਗਿਣਤੀ 'ਚ ਲੋਕਾਂ ਕੀਤੀ ਸ਼ਿਰਕਤ। ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ। ਫਤਿਹਗੜ੍ਹ ਚੂੜੀਆਂ ਵਿਖੇ ਦੁਸਹਿਰਾ ਕਮੇਟੀ ਅਤੇ ਸਨਾਤਨ ਧਰਮ ਸਭਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ਅਤੇ ਦੁਸਹਿਰਾ ਗਰਾਊਂਡ ਵਿਖੇ ਰਾਵਾਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪੰਚ ਸਾਹਿਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਅਤੇ ਫਤਿਹਗੜ੍ਹ ਚੂੜੀਆਂ ਦੇ DSP ਵਿਪਨ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰਾਵਾਂ ਦੇ ਪੁਤਲੇ ਨੂੰ ਸਾੜਨ ਤੋਂ ਪਹਿਲਾਂ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਸ਼ਹਿਰ ਵਾਸੀਆਂ ਨੂੰ ਦੁਸਹਿਰਾ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਨੇਕੀ ਦੀ ਬਦੀ ਉੱਪਰ ਜਿੱਤ ਹੋਈ ਹੈ। ਉਹਨਾਂ ਨੇ ਸਾਰੇ ਹੀ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਮੁਬਾਰਕਾਂ ਵੀ ਦਿੱਤੀਆਂ। ਬਲਬੀਰ ਸਿੰਘ ਪੰਨੂ ਅਤੇ DSP ਤੋਂ ਇਲਾਵਾ ਦੁਸਹਿਰਾ ਗਰਾਊਂਡ 'ਚ ਪਹੁੰਚੀਆਂ ਅਹਿਮ ਸ਼ਖਸੀਅਤਾਂ ਅਤੇ ਹੋਰ ਲੋਕਾਂ ਵੱਲੋਂ ਦੁਸਹਿਰੇ ਦੀਆਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਹਰ ਸਾਲ ਦੀ ਤਰ੍ਹਾਂ ਫਤਿਹਗੜ੍ਹ ਚੂੜੀਆਂ 'ਚ ਇਸ ਸਾਲ ਵੀ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਫਤਿਹਗੜ੍ਹ ਚੂੜੀਆਂ ਸ਼ਹਿਰ ਤੋਂ ਇਲਾਵਾ ਇਲਾਕੇ ਭਰ ਦੇ
ਲੋਕ ਇੱਥੇ ਦੁਸਹਿਰਾ ਦੇਖਣ, ਰਾਵਣ ਦਾ ਪੁਤਲਾ ਸੜਦਾ ਦੇਖਣ ਲਈ ਪਹੁੰਚਦੇ ਅਤੇ ਜਿਸ ਵਿੱਚ ਬਜ਼ੁਰਗ, ਬੱਚੇ, ਬੀਬੀਆਂ, ਔਰਤਾਂ ਜਿਹੜੀਆਂ ਨੇ ਉਹ ਸ਼ਾਮਿਲ ਹੋਈਆਂ। ਅਤੇ ਮੁੱਖ ਮਹਿਮਾਨ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਜਿਹੜੇ ਉਹ ਵੀ ਇੱਥੇ ਪਹੁੰਚੇ ਅਤੇ ਉਹਨਾਂ ਵੱਲੋਂ ਇੱਥੇ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ DSP ਵਿਪਨ ਕੁਮਾਰ ਸ਼ਰਮਾ ਜਿਹੜੇ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਸਨ, ਉਹਨਾਂ ਵੱਲੋਂ ਵੀ ਸਾਂਝੇ ਤੌਰ 'ਤੇ ਜਿਹੜਾ ਉਦਘਾਟਨ ਕੀਤਾ ਗਿਆ। ਅਤੇ SHO ਕਰਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ। ਅਤੇ ਇਸ ਮੌਕੇ ਅਹਿਮ ਸ਼ਖਸੀਅਤਾਂ ਵੱਲੋਂ ਦੁਸਹਿਰੇ ਦੇ ਤਿਉਹਾਰ ਮੌਕੇ 'ਤੇ ਸਾਰੇ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਗਈ। ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ। ਸਾਹਿਬ, ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਤੁਸੀਂ ਇੱਥੇ ਫਤਿਹਗੜ੍ਹ ਪਹੁੰਚੇ ਹੋ, ਕੀ ਕਿਤੇ? ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸਾਡੇ ਪੰਜਾਬੀ ਭਰਾਵਾਂ ਨੂੰ ਅੱਜ ਦੇ ਦਿਨ ਦੁਸਹਿਰੇ ਪਵਿੱਤਰ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਅੱਜ ਦੇ ਦਿਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਬੜਾ ਵੱਡਾ ਜੋ ਪਾਪ ਦਾ ਨਾਸ਼ ਕੀਤਾ ਸੀ, ਅਤੇ ਅੱਜ ਦੇ ਦਿਨ ਮੈਂ ਪੂਰੇ ਦੇਸ਼ਾਂ ਔਰ ਵਿਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਰਾ ਵੱਸਦੇ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਵੀ ਕਰਦਾ ਵੀ ਅੱਜ ਦੇ ਦਿਨ ਅਸੀਂ ਪ੍ਰਣ ਕਰੀਏ, ਨੀਚੇ ਕਰੀਏ। ਵੈਸੇ ਵੀ ਸਾਰਿਆਂ ਨਾਲ ਮਿਲ ਕੇ ਜੋ ਵੀ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਪਾਪ, ਬੜਾ ਵੱਡਾ ਇੱਕ ਜੋ ਨਸ਼ੇ ਦਾ ਦੌਰ ਗੁਜ਼ਰਿਆ ਸੀ, ਸਾਰੇ ਰਲ ਮਿਲ ਕੇ ਉਸਨੂੰ ਖਤਮ ਕਰੀਏ। ਪੂਰੇ ਸ਼ਹਿਰ ਵਾਸੀਆਂ ਨੂੰ ਔਰ ਜਿੰਨੇ ਵੀ ਕਮੇਟੀ ਦੇ ਫਤਿਹਗੜ੍ਹ ਚੂੜੀਆਂ ਦੇ ਜਿਨ੍ਹਾਂ ਨੇ ਅੱਜ ਇਹ ਬੰਦੋਬਸਤ ਕੀਤਾ, ਉਹਨਾਂ ਨੂੰ ਮੈਂ ਬਹੁਤ ਬਹੁਤ ਦਿਲੋਂ ਮਨੋਕਾਮਨਾਵਾਂ ਵਧਾਈਆਂ ਦਿੰਦਾ। ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਇਹ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਪੂਰਾ ਸਿਸਟਮ ਨੂੰ ਤਿਆਰ ਕੀਤਾ ਸੀ, ਔਰ ਜਿੰਨਾ ਵੀ ਸਾਡੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੰਟਰੋਲ ਕੀਤਾ। ਲਾਸਟ ਦੇ ਵਿੱਚ ਫਿਰ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ। ਪਰ ਸਾਹਿਬ, ਇੱਕ ਲਾਸਟ ਕੋਈ ਕੁਐਸਚਨ ਵੀ, ਪਰਸੋਂ ਪੰਚਾਇਤੀ ਇਲੈਕਸ਼ਨ ਆ ਆਪਣਾ ਮੰਗਲਵਾਰ, ਇੱਕ ਨਾ ਖਸ਼ੇ ਪ੍ਰਗਟਾਏ ਜਾਂਦੇ ਵੀ ਪਿੰਡਾਂ 'ਚ ਲੜਾਈਆਂ ਝਗੜੇ ਹੋਣੇ ਆ, ਅਤੇ ਦੇਖੋ ਜੀ ਇਹ ਇਲੈਕਸ਼ਨ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਣੀਆਂ ਹੁੰਦੀਆਂ ਨੇ। ਸ਼ਰਾਰਤੀ ਅਨਸਰਾਂ ਦਾ ਕੰਮ ਹੈ ਸ਼ਰਾਰਤਾਂ ਕਰਨਾ। ਸੰਗਤ ਜਾਣੂ ਹੈ, ਸੰਗਤ ਅੱਜ ਕੱਲ੍ਹ ਸਮਝਦਾਰ ਹੈ, ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਕੱਲ੍ਹ। ਕੋਈ ਇੱਦਾਂ ਦਾ ਪਿੰਡਾਂ ਦੇ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਨਹੀਂ ਹੁੰਦਾ। ਜੇ ਕੋਈ ਸ਼ਰਾਰਤ ਕਰੂਗਾ ਤਾਂ ਜਿਹੜੇ ਹਿਸਾਬ ਨਾਲ ਸ਼ਰਾਰਤ ਕਰੂਗਾ ਉਸ ਹਿਸਾਬ ਨਾਲ ਪ੍ਰਸ਼ਾਸਨ ਉਹਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੂ ਦੀ ਬਣਦੀ ਸਜ਼ਾ ਨੂੰ ਸਜ਼ਾ ਦੇਵੇ। ਪੱਗ ਦਾ ਸਟਾਈਲ ਰੋਜ਼ ਬਦਲ ਦਈ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ, ਪਰਮਾਤਮਾ ਸਾਰੇ ਪਰਿਵਾਰਾਂ 'ਤੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਿਓ। ਅਸੀਂ ਰਲ ਮਿਲ ਕੇ ਸਾਰੇ ਸਮਾਜ ਇਕੱਠੇ ਹੋ ਕੇ, ਜਿੰਨੇ ਵੀ ਅਸੀਂ ਪੰਜਾਬ ਦੇ ਵਿੱਚ ਸਮਾਜ ਵੱਸਦੇ ਹਾਂ, ਸਾਰੇ ਇਕੱਠੇ ਹੋ ਕੇ ਅਸੀਂ ਹਰ ਇੱਕ ਦੇ ਤਿਉਹਾਰ ਦੀ ਖੁਸ਼ੀ ਨੂੰ ਰਲ ਮਿਲ ਕੇ ਮਨਾਇਆ। ਸਰ, ਫਤਿਹਗੜ੍ਹ ਚੂੜੀਆਂ 'ਚ ਹਰ ਸਾਲ ਦੁਸਹਿਰਾ ਜਿਹੜਾ ਧੂਮਧਾਮ ਨਾਲ ਮਨਾਇਆ ਜਾਂਦਾ, ਅੱਜ ਵੀ ਵੱਡੀ ਗਿਣਤੀ 'ਚ ਜਿਹੜੇ ਲੋਕ ਇੱਥੇ ਦੁਸਹਿਰਾ ਦੇਖਣ ਆਏ, ਕੀ ਆਪਣਾ ਮੈਸੇਜ ਦਿੰਦੇ ਜੀ? ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਦੇ ਸੰਬੰਧ ਵਿੱਚ ਇਹ ਦੁਸਹਿਰਾ ਜਿਹੜਾ ਤਿਉਹਾਰ ਹੈ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਇਸ ਸਾਲ ਬਹੁਤ ਹੀ ਖੁਸ਼ੀਆਂ ਦੇ ਚਾਵਾਂ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ। ਮੈਂ ਲੋਕਾਂ ਨੂੰ ਇਸ ਤਿਉਹਾਰ ਦੀ ਬਹੁਤ ਬਹੁਤ ਵਧਾਈ ਦਿੰਦਾ। ਦੁਸਹਿਰੇ ਦੇ ਮੌਕੇ 'ਤੇ ਜੀ ਵੇਖੋ ਤੁਸੀਂ, ਰੌਣਕਾਂ ਲੱਗੀਆਂ ਨੇ। ਅੱਜ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਸੀ, ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦਾ ਵੱਧ ਕੀਤਾ, ਔਰ ਤੁਸੀਂ ਦੇਖ ਸਕਦੇ ਹੋ ਪਿੱਛੇ ਬਦੀ ਦਾ ਨਾਸ ਹੋ ਰਿਹਾ। ਇਹਦੇ ਤੋਂ ਇਹ ਸਾਨੂੰ ਸਿੱਖ ਮਿਲਦੀ ਹੈ ਕਿ ਜਿਹੜਾ ਵੀ ਕੋਈ ਬੁਰਾ ਕੰਮ ਕਰੇਗਾ ਉਹਦਾ ਨਤੀਜਾ, ਉਹਦਾ ਅੰਤ ਇਹੀ ਹੈ ਜੋ ਅੱਜ ਪਿੱਛੇ ਤੁਸੀਂ ਦੇਖ ਰਹੇ ਹੋ, ਕਿਉਂਕਿ ਰਾਮ ਚੰਦਰ ਜੀ ਨੇ ਜਿਹਦਾ ਵੱਧ ਕੀਤਾ ਸੀ। ਰਾਵਣ ਸਾਰੇ ਵੇਦ ਜਾਣਦਾ ਸੀ, ਬਹੁਤ ਵੱਡੇ ਬ੍ਰਾਹਮਣ ਸੀਗੇ, ਔਰ ਬਹੁਤ ਵੇਦ ਪੁਰਾਣ ਸ਼ਾਸਤਰ ਸਭ ਦਾ ਉਹਨਾਂ ਨੇ ਜਾਪ ਕਰਕੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ, ਪਰ ਉਹਦੇ ਬਾਵਜੂਦ ਵੀ ਹੰਕਾਰ ਔਰ ਬਦਨਿਸ਼ਤੀ ਨੇ ਉਹਦਾ ਅੰਤ ਕੀਤਾ। ਸਿੱਖਿਆ ਇਹੀ ਹੈ ਕਿ ਜਿਹੜਾ ਬੁਰਾ ਕੰਮ ਕਰੇਗਾ ਉਹਦਾ ਅੰਤ ਹਮੇਸ਼ਾ ਹੀ ਬੁਰਾ ਹੋਏਗਾ। ਸੋ ਅਸੀਂ ਅੱਜ ਦੇ ਦਿਨ ਦੀਆਂ
ਸਾਰੇ ਨਗਰ ਨਿਵਾਸੀਆਂ ਨੂੰ ਫਤਿਹਗੜ੍ਹ ਚੂੜੀਆਂ ਦੇ ਵਿੱਚ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਸਾਡੇ ਭੈਣ ਭਰਾਵਾਂ ਨੂੰ, ਸਾਡੇ ਬਾਠ ਸਾਹਿਬ ਦੇ ਈ ਪੰਜਾਬੀ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ, ਕਿਉਂਕਿ ਸਾਡੇ ਸ਼ਹਿਰ ਦਾ ਇਸ ਵੇਲੇ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਸਾਡੇ ਹਲਕੇ ਦਾ ਸਭ ਤੋਂ ਟੌਪ ਮੋਸਟ ਨਿਊਜ਼ ਚੈਨਲ ਬਣ ਚੁੱਕਾ। ਅਸੀਂ ਇਹਨਾਂ ਦੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਔਰ ਆਉਣ ਵਾਲੇ ਤਿਉਹਾਰਾਂ ਦੀਆਂ ਵੀ ਵਧਾਈਆਂ ਦਿੰਦੇ ਹਾਂ। ਸਾਰੇ ਇੱਦਾਂ ਹੀ ਏਕਤਾ ਦਾ ਸਬੂਤ ਦੇਈਏ, ਰਲ ਮਿਲ ਕੇ ਸਾਰੇ ਤਿਉਹਾਰ ਮਨਾਈਏ। ਇਸੇ ਨਾਲ ਹੀ ਮੈਂ ਇੱਕ ਵਾਰੀ ਜੈਕਾਰਾ ਲਾਊਂਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹਾਂਜੀ ਮਾਤਾ ਜੀ, ਦੁਸਹਿਰੇ ਤੇ ਫਤਿਹਗੜ੍ਹ ਚੂੜੀਆਂ ਵਾਸੀਆਂ ਨੂੰ ਕੀ ਸੰਦੇਸ਼ ਦਿੰਦੇ? ਪਹਿਲੇ ਤਾਂ ਮੈਂ ਫਤਿਹਗੜ੍ਹ ਚੂੜੀਆਂ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਦੁਸਹਿਰੇ ਦੀ ਬਹੁਤ ਬਹੁਤ ਵਧਾਈ ਦਿੰਦਾ ਕਿ ਵੇਖੋ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਦੁਸਹਿਰੇ ਦੇ ਉੱਤੇ ਵੇਖੋ ਦੱਸਿਆ ਗਿਆ ਹੈ ਕਿ ਜਿਹੜਾ ਰਾਵਣ ਸੀ ਕਿੰਨਾ ਵਿਦਵਾਨ ਸੀ, ਪਰ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਤਾਂ ਉਹ ਸਾਰਾ ਕੁਝ ਆਪਣਾ ਚੌਪਟ ਕਰਕੇ ਬਹਿ ਜਾਂਦਾ। ਤਿੰਨਾਂ ਲੋਕਾਂ ਨੂੰ ਰਾਜ ਕਰਨ ਵਾਲਾ ਰਾਵਣ ਜਿਹੜਾ ਵੇਖੋ ਆਪਣੀ ਇੱਕ ਨਿੱਕੀ ਜਿਹੀ ਗਲਤੀ ਕਰਕੇ ਅਤੇ ਆਪਣੇ ਹੰਕਾਰ ਕਰਕੇ ਮਰ ਗਿਆ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਆਪ 'ਚ ਹੰਕਾਰ ਨੂੰ ਛੱਡੋ ਅਤੇ ਆਪਣੇ ਨਾਲ ਨਿਮਰਤਾ ਨਾਲ ਸਾਰਿਆਂ ਨੂੰ ਆਪਣਾ ਨਾਲ ਲੈ ਕੇ ਚੱਲੋ। ਸਾਡੀ ਪਾਰਟੀ ਦਾ ਵੀ ਇਹੀ ਮੋਟਿਵ ਹੈ ਕਿ ਆਪਾਂ ਹਰ ਇੱਕ ਦਾ ਕੰਮ ਕਰਨਾ ਹੈ, ਹਰ ਇੱਕ ਦੇ ਕੰਮ ਕਰਨੇ ਹੈ ਅਤੇ ਆਪਾਂ ਹਰ ਵੇਲੇ ਹਾਜ਼ਰ ਹੈ, ਠੀਕ ਹੈ। ਕਿਸੇ ਨੂੰ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਆਪਾਂ ਉਹਨਾਂ ਲਈ ਹਾਜ਼ਰ ਹੈ ਅਤੇ ਦੁਸਹਿਰੇ 'ਤੇ ਆਪਾਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਫਿਰ ਵਧੀ ਅਤੇ ਨੇਕੀ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਮੈਂ ਪ੍ਰੈਸ ਐਸੋਸੀਏਸ਼ਨ ਫਤਿਹਗੜ੍ਹ ਚੂੜੀਆਂ ਦੇ ਸਮੂਹ ਪੱਤਰਕਾਰ ਵੀਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਇਹ ਵੀ ਗੱਲ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਹਰ ਇੱਕ ਨੂੰ ਇਹੋ ਜਿਹੜੇ ਤਿਉਹਾਰ ਆ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ, ਜਿਸ ਨਾਲ ਆਪਸੀ ਪ੍ਰੇਮ ਪਿਆਰ ਆਪਸੀ ਭਾਈਚਾਰਾ ਬਣਿਆ ਰਹੇ। ਅੱਜ ਅਸੀਂ ਫਤਿਹਗੜ੍ਹ ਚੂੜੀਆਂ ਦੇ ਸਮੂਹ ਪੱਤਰਕਾਰ ਜਿਹੜੇ ਆ ਉਹ ਦੁਸਹਿਰਾ ਗਰਾਊਂਡ ਵਿਖੇ ਦੁਸਹਿਰੇ ਦੇ ਤਿਉਹਾਰ ਮੌਕੇ ਪਹੁੰਚੇ ਹਾਂ। ਦੁਸਹਿਰਾ ਜਿਹੜਾ ਉਹ ਬਦੀ ਅਤੇ ਨੇਕੀ ਦੀ ਜਿੱਤ ਦਾ ਇੱਕ ਪ੍ਰਤੀਕ ਆ। ਇਸ ਦਿਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਨੇ ਜਿਹੜਾ ਉਹ ਰਾਵਣ ਸਮੇਤ ਉਸਦੇ ਸੈਨਾ ਨੂੰ ਜਿਹੜਾ ਮਾਰਿਆ ਸੀ, ਮੇਘਨਾਥ ਅਤੇ ਕੁੰਭਕਰਨ ਦਾ ਵੀ ਜਿਹੜਾ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਵੱਲੋਂ ਵੱਧ ਕੀਤਾ ਗਿਆ ਸੀ ਅਤੇ ਦੁਬਾਰਾ ਉਹਨਾਂ ਦਾ ਜਿਹੜਾ ਅਯੋਧਿਆ ਵਿੱਚ 14 ਸਾਲਾਂ ਦੇ ਬਨਵਾਸ ਮਗਰੋਂ ਰਾਜ ਤਿਲਕ ਹੋਇਆ ਸੀ। ਮੈਂ ਸਮੂਹ ਫਤਿਹਗੜ੍ਹ ਚੂੜੀਆਂ ਦੇ ਨਿਵਾਸੀਆਂ ਨੂੰ ਦੁਸਹਿਰੇ ਦੀ ਲੱਖ ਲੱਖ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਇਹ ਤਿਉਹਾਰ ਅੱਗੇ ਵੀ ਇੱਦਾਂ ਹੀ ਮਨਾਏ ਜਾਣ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਜਿਹੜਾ ਉਹ ਖਤਮ ਕੀਤਾ ਜਾ ਸਕੇ। ਦੁਸਹਿਰੇ ਦੇ ਮੌਕੇ 'ਤੇ ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਰਾਵਣ ਦਾ ਵੱਧ ਅੱਜ ਦਿਨ ਹੋਇਆ ਸੀਗਾ, ਯਾਨੀ ਕਿ ਬੁਰਾਈ ਦੇ ਉੱਤੇ ਅਛਾਈ ਦੀ ਜਿਹੜੀ ਜਿੱਤ ਅੱਜ ਪ੍ਰਾਪਤ ਕੀਤੀ ਸੀ ਭਗਵਾਨ ਸ਼੍ਰੀ ਰਾਮ ਜੀ ਨੇ। ਇਸੇ ਤਰ੍ਹਾਂ ਇਨਸਾਨ ਜਦੋਂ ਜਨਮ ਲੈਂਦਾ ਹੈ ਤਾਂ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਇਹ ਪੰਜ ਚੀਜ਼ਾਂ ਤੋਂ ਪਰਮਾਤਮਾ ਕਹਿੰਦਾ ਹੈ ਕਿ ਅਸੀਂ ਬਚਣਾ ਹੈ। ਤੋ ਇਸ ਦੁਸਹਿਰੇ ਦੇ ਮੌਕੇ ਦੇ ਉੱਤੇ ਮੈਂ ਹਰ ਇੱਕ ਐਸੇ ਵੀਰਾਂ ਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਪੰਜਾਂ ਚੀਜ਼ਾਂ ਤੋਂ ਅਸੀਂ ਵੀ ਬਚਣ ਦਾ ਸੰਕਲਪ ਲਈਏ। ਉਹੀ ਅੱਜ ਦੇ ਦੁਸਹਿਰੇ ਦੇ ਉੱਤੇ ਆਪਣੇ ਸਭ ਵੀਰਾਂ ਨੂੰ ਵਧਾਈ ਦਾ ਇੱਕ ਮੌਕਾ ਮਿਲਦਾ। ਦੇਖੋ ਜੀ, ਇਹ ਤਿਉਹਾਰ ਜਿਹੜਾ ਵਾ ਇਹ ਦੁਸਹਿਰੇ ਦਾ ਸਾਰੇ ਬੱਚੇ ਸਾਰੇ ਵੇਖੋ ਹਰ ਇੱਕ ਨੂੰ ਚਾਅ ਹੁੰਦਾ ਵਾ ਕਿ ਬਹੁਤ ਬਹੁਤ ਇੱਥੇ ਆ ਕੇ ਅਤੇ ਦੇਖਣ। ਤੁਹਾਨੂੰ ਪਤਾ ਬੁਰਾਈ ਦੇ ਜਿੱਤ ਦੀ ਨਿਸ਼ਾਨੀ ਆ, ਰਾਵਣ ਦਾ ਪੁਤਲਾ ਇੱਥੇ ਸਾੜਿਆ ਜਾਂਦਾ ਹਰ ਸਾਲ। ਬੜਾ ਵਧੀਆ, ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ, ਬੱਚੇ ਵੀ ਆਉਂਦੇ ਨੇ, ਵੱਡੇ ਵੀ ਆਉਂਦੇ ਨੇ, ਬਜ਼ੁਰਗ ਵੀ ਆਉਂਦੇ ਨੇ, ਸਾਰੇ ਬਹੁਤ ਹੀ ਇੰਜੋਏ ਕਰਦੇ ਨੇ ਇੱਥੇ ਆ ਕੇ। ਫੈਮਿਲੀ ਵੀ ਆਈ ਅੱਜ? ਹਾਂਜੀ ਹਾਂਜੀ, ਫੈਮਿਲੀ ਵੀ ਆਈ ਆ, ਬੱਚੇ ਵੇਖੋ ਪੇਪਰਾਂ ਤੋਂ ਵੀ ਫ੍ਰੀ ਹੋਏ ਨੇ ਅਤੇ ਇੱਕ ਵੱਖਰਾ ਇਹਨਾਂ ਨੂੰ ਮਾਹੌਲ ਮਿਲਿਆ ਇੱਥੇ ਆ ਕੇ ਦੇਖਣ ਦਾ, ਹਰ ਵਾਰੀ ਆਉਂਦੇ ਨੇ। ਮੈਂ ਤਾਂ ਆਪਣੇ ਵੱਲ ਇਹੋ ਕਹਾਂਗਾ, ਚਲੋ ਦੇਖੋ ਜੀ ਇਹ ਤਾਂ ਪ੍ਰੋਗਰਾਮ ਹੈ ਅਤੇ ਸਾਰਿਆਂ ਨੂੰ ਵਧਾਈ ਵੀ ਮਿਲਦੀ ਆ ਅਤੇ ਸ਼ਾਹੀ ਦੀ ਜਿੱਤ ਵੀ ਹੁੰਦੀ ਆ।
ਦੁਸਹਿਰੇ ਦਾ ਪ੍ਰੋਗਰਾਮ ਹਰ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਬਹੁਤ ਵਧੀਆ ਲੱਗਦਾ ਜਦੋਂ ਮਨਾਉਂਦੇ ਆ, ਹਰ ਖੁਸ਼ੀ ਵਾਲਾ ਦਿਨ ਹੁੰਦਾ ਹੈ, ਬਹੁਤ ਵਧੀਆ ਲੱਗਦਾ। ਤੇ ਬੱਚੇ ਵੀ ਆਏ ਨਾਲ? ਹਾਂਜੀ, ਸਾਰੇ ਬੱਚੇ ਆਏ ਆ। ਹਾਂਜੀ, ਮੇਰੀਆਂ ਦੋ ਬੇਟੀਆਂ ਦੋਨੇ ਆਈਆਂ ਹੋਈਆਂ। ਤਿਉਹਾਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ, ਲੱਖ ਵਾਸੀਆਂ ਨੂੰ, ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਸਾਰੇ ਹਿੰਦੁਸਤਾਨ ਦੇ ਕਲਕੱਤੇ ਨੂੰ ਲੱਖ ਲੱਖ ਵਧਾਈ ਆ। ਲੱਖਾਂ ਸਾਲਾਂ ਤੋਂ, ਲਗਭਗ 9 ਲੱਖ ਸਾਲ ਦੱਸ ਰਹੇ ਨੇ ਭਗਵਾਨ ਰਾਮਦਾਸ ਜਿਹੜਾ ਪਿਛਲੇ ਟਾਈਮ ਦੇ ਵਿੱਚ ਜਨਮ ਹੋਇਆ, ਔਰ ਉਸ ਦਿਨ ਤੋਂ ਹੀ ਜਦੋਂ ਦਾ ਪਹਿਲੀ ਵਾਰੀ ਰਾਵਣ ਵੱਧ ਹੋਇਆ ਹੈ, ਉਸ ਦਿਨ ਤੋਂ ਲਗਾਤਾਰ ਰਾਵਣ ਵੱਧ ਨੂੰ ਦੁਸਹਿਰੇ ਦੇ ਰੂਪ ਦੇ ਵਿੱਚ, ਨੇਕੀ ਦੀ ਬਦੀ ਦੇ ਉੱਪਰ ਹੋਈ ਜਿੱਤ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅਤੇ ਇਹ ਦੁਸਹਿਰੇ ਦਾ ਤਿਉਹਾਰ ਤੁਸੀਂ ਦੇਖਿਆ ਹੀ ਹੋਣਾ ਵਾ, ਹਰ ਕਸਬੇ ਹਰ ਪਿੰਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰਾਮਲੀਲਾ ਹੋਈਆਂ ਨੇ, ਔਰ ਰਾਮਲੀਲਾ ਦੀ ਨਵਰਾਤਰਿਆਂ ਦੇ ਵਿੱਚ ਹੋਈ ਸਮਾਪਤੀ ਤੋਂ ਬਾਅਦ 9 ਦਿਨ ਰਾਮਲੀਲਾ ਫਤਿਹਗੜ੍ਹ ਚੂੜੀਆਂ ਤਲਾਬ ਵਾਲਾ ਮੰਦਰ ਵੀ ਔਰ ਗਾਗਰਾ ਵਾਲੇ ਮੰਦਰ ਵੀ ਹੋਈ, ਔਰ ਅੱਜ 10ਵੇਂ ਦਿਨ ਅਸੀਂ ਸਾਰੇ ਬੜੇ ਚਾਵਾਂ ਮਲਾਰਾਂ ਦੇ ਨਾਲ ਇਹ ਤਿਉਹਾਰ ਜਿਹੜਾ ਮਨਾ ਰਹੇ ਹਾਂ। ਪਰਮਾਤਮਾ ਕਰੇ ਸਾਰੇ ਲੰਬੀਆਂ ਉਮਰਾਂ ਭੋਗਣ ਅਤੇ ਇਵੇਂ ਹੀ ਆਪਣਾ ਵਿਰਸਾ ਯਾਦ ਰੱਖਣ। ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ, ਸਾਰਿਆਂ ਨੂੰ ਦੁਸਹਿਰੇ ਦੀਆਂ ਲੱਖ ਲੱਖ ਮੁਬਾਰਕਾਂ। ਅਤੇ ਅੱਜ ਅਸੀਂ ਦੁਸਹਿਰਾ ਸਾਰੇ ਪਰਿਵਾਰ ਦੇ ਨਾਲ ਵੇਖਣ ਆਏ ਹਾਂ। ਦੁਸਹਿਰੇ 'ਤੇ ਜਿਹੜੀ ਸਾਨੂੰ ਸਿੱਖਿਆ ਮਿਲਦੀ ਉਹ ਇਹ ਹੈ ਕਿ ਸਾਨੂੰ ਬੁਰਾਈ ਦੇ ਉੱਤੇ ਅੱਛਾਈ ਦੀ ਜੀਤ ਦਾ ਇਹ ਪ੍ਰਤੀਕ ਮੰਨਿਆ ਜਾਂਦਾ ਹੈ। ਅਤੇ ਦੁਸਹਿਰੇ 'ਤੇ ਸਿਰਫ ਸਾਨੂੰ ਇਹੋ ਹੀ ਨਹੀਂ ਵੇਖਣਾ ਚਾਹੀਦਾ ਕਿ ਰਾਵਣ ਨੂੰ ਮਾਰ ਕੇ ਸਾਡੇ ਅੰਦਰ ਦੀਆਂ ਵੀ ਜਿਹੜੀਆਂ ਬੁਰਾਈਆਂ ਆ ਉਹਨਾਂ ਨੂੰ ਮਾਰ ਕੇ ਸਾਨੂੰ ਚੰਗੀ ਸਿੱਖਿਆ, ਚੰਗੇ ਕਰਮ ਸਿੱਖਣੇ ਚਾਹੀਦੇ ਹਨ ਅਤੇ ਕਰਨੇ ਵੀ ਚਾਹੀਦੇ ਹਨ, ਅਤੇ ਤਾਂ ਜੋ ਅਸੀਂ ਵੀ ਸ਼੍ਰੀ ਰਾਮ ਤੋਂ, ਸ਼੍ਰੀ ਰਾਮ ਜੀ ਦੇ ਜੀਵਨ ਤੋਂ ਇਹ ਪ੍ਰੇਰਨਾ ਲਈਏ ਕਿ ਕਿੱਦਾਂ ਸਾਦੇ ਜੀਵਨ ਬਤੀਤ ਕਰਕੇ ਅਤੇ ਚੰਗੇ ਕਰਮ ਕਰਕੇ ਆਪਣਾ ਜੀਵਨ ਜਿਹੜਾ ਸਫਲ ਕਰਨਾ ਚਾਹੀਦਾ। ਆਪ ਕਹਾਂ ਸੇ ਆਏ? ਮੈਂ ਐਕਚੁਅਲੀ ਹੂੰ ਤੋ ਪੰਜਾਬ ਕਾ ਸਰ, ਲੇਕਿਨ ਹਮ ਸੈਟਲ ਹੈ ਸ਼ਿਲੌਂਗ ਮੇਂ, ਮੇਘਾਲਿਆ ਮੇਂ ਸਰ। ਮੇਘਾਲਿਆ ਮੇਂ ਆਜ ਫਤਿਹਗੜ੍ਹ ਚੂੜੀ ਮੇਂ ਸਪੈਸ਼ਲ ਦਸਹਿਰਾ। ਜੀ ਜੀ ਹਾਂ, ਦਸਹਿਰਾ। ਹਾਂ ਜੀ, ਇਹ ਮੇਰਾ ਦੂਸਰਾ ਸਾਲ ਹੈ ਫਤਿਹਗੜ੍ਹ ਮੇਂ, ਮੈਨੇ ਇਹ ਦਸਹਿਰਾ ਦੇਖ ਰਹਾ ਹੂੰ। ਐਕਚੁਅਲੀ ਮੈਂ ਆਰਮੀ ਸੇ ਹੂੰ ਸਰ, ਤੋ ਮੈਂ ਅਭੀ ਲੇਹ ਲਦਾਖ ਮੇਂ ਡਿਊਟੀ ਕਰਤਾ ਹੂੰ ਸਰ। ਓਕੇ, ਹਾਂ ਜੀ। ਤੋ ਇਹ ਦਸਹਿਰਾ ਕੈਸਾ ਲਗਾ? ਇਹ ਦਸਹਿਰਾ ਸਰ ਹਮਾਰੇ ਵਹਾਂ ਵੀ ਸ਼ਿਲੌਂਗ ਮੇਂ ਬਨਤਾ ਹੈ, ਇਤਨਾ ਬੜਾ ਰਾਵਣ ਮੈਨੇ ਆਜ ਤੱਕ ਦੇਖਾ ਨਹੀਂ ਹੈ, ਔਰ ਬੜਾ ਧੂਮਧਾਮ ਸਰ। ਨਾ ਨਾ, ਇਸਸੇ ਛੋਟੇ ਹੀ ਬਨਾਤੇ, ਔਰ ਬੜਾ ਇੰਜੋਏ ਕੀਆ ਮੇਰੇ ਬੱਚੇ, ਮੇਰੇ ਫੈਮਿਲੀ ਨੇ ਸਾਰੇ ਨੇ, ਔਰ ਐਸਾ ਦਸਹਿਰਾ ਤੋ ਸ਼ਾਇਦ ਹੀ ਦੇਖਨੇ ਕੋ ਫਿਰ ਮਿਲੇ। ਹਾਂ ਜੀ, ਬਹੁਤ ਬੜੀਆ ਸਰ। ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਢਿੱਡਾ ਵੀ ਇੱਥੇ ਅੱਜ ਦੁਸਹਿਰੇ ਤਿਉਹਾਰ ਦੇ ਮੌਕੇ 'ਤੇ ਪਹੁੰਚੇ ਆ, ਗੱਲਬਾਤ ਕਰਦੇ ਹਾਂ। ਹਾਂਜੀ, ਕੀ ਕਹੋਗੇ ਆਪਣਾ ਦੁਸਹਿਰੇ ਤਿਉਹਾਰ ਮੌਕੇ? ਸਭ ਤੋਂ ਪਹਿਲਾਂ ਤਾਂ ਦੁਸਹਿਰੇ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੁਸਹਿਰੇ ਦੀਆਂ, ਅਤੇ ਬਹੁਤ ਹੀ ਧੂਮਧਾਮ ਨਾਲ ਫਤਿਹਗੜ੍ਹ ਚੂੜੀਆਂ 'ਚ ਮਨਾਇਆ ਜਾਂਦਾ, ਅਤੇ ਇਸੇ ਤਰ੍ਹਾਂ ਹਰ ਸਾਲ ਇਸੇ ਤਰ੍ਹਾਂ ਹੀ ਧੂਮਧਾਮ ਨਾਲ ਮਨਾਇਆ ਜਾਵੇ। ਸਰ, ਬਹੁਤ ਵਧੀਆ ਦੁਸਹਿਰਾ ਇੱਥੇ ਮਨਾਇਆ ਗਿਆ। ਰਾਵਣ ਮੈਂ ਕਹਿੰਦਾ ਬਟਾਲੇ ਨਾਲੋਂ ਵੀ ਵੱਡਾ ਰਾਵਣ ਸੀ ਇੱਥੇ, ਬਟਾਲੇ ਇਸ ਤੋਂ ਛੋਟਾ ਰਾਵਣ ਸੀ। ਸਪੈਸ਼ਲ ਬਟਾਲੇ ਤੋਂ ਆਏ? ਹਾਂਜੀ, ਬਟਾਲੇ ਤੋਂ ਆਏ ਹਾਂ ਸਰ। ਖਾਸ ਸੁਣਿਆ ਸੀਗਾ ਵੀ ਫਤਿਹਗੜ੍ਹ ਚੂੜੀਆਂ 'ਚ ਵਧੀਆ? ਹਾਂਜੀ, ਕਹਿੰਦੇ ਇੱਥੇ ਰਾਵਣ 'ਚ ਬੰਬ ਬਹੁਤ ਪਏ ਆ ਅਤੇ ਰਾਵਣ ਦਾ ਸਾਈਜ਼ ਵੀ ਬੜਾ ਵੱਡਾ ਵਾ। ਅੱਛਾ, ਵੇਖਣਾ ਹੈ ਕਿ ਕਿੰਨਾ ਕੁ ਵੱਡਾ ਸੀ ਰਾਵਣ। ਸਪੈਸ਼ਲ ਆਏ ਹੋ? ਹਾਂਜੀ। ਹੁਣ ਕਾਹਤੇ ਜਾਣਾ ਬਟਾਲੇ ਬਾਅਦ? ਹੁਣ ਬੱਸ 'ਤੇ ਜਾਣਾ ਜੀ। ਸਪੈਸ਼ਲ ਯਾਨੀ ਕਿ ਬੱਸ 'ਤੇ ਆਏ, ਬੱਸ 'ਤੇ ਚੱਲੇ, ਵੱਡੀ ਵਧੀਆ ਗੱਲ ਆ। ਹਾਂਜੀ, ਵਧੀਆ ਗੱਲ ਆ। 3 ਜਣੇ ਸੀ ਨਾ, ਫਿਰ ਬਾਈਕ 'ਤੇ ਮੈਂ ਚਲਾਉਣ ਨਾ ਹੋ ਜੇ, ਤਾਂ ਕਰਕੇ ਬੱਸ 'ਤੇ ਆਉਣ ਦਾ ਵੀ। ਹਾਂਜੀ, ਉਹ 5000 ਤੋਂ ਵੱਧ ਲੱਗ ਪੈਣਾ, ਤਾਂ ਹੀ ਇਸ ਕਰਕੇ ਬੱਸੇ ਆਏ ਜੀ।